ਤੇ ਬਹੁਤ ਮਾੜਾ ਕੰਮ ਕੀਤਾ। ਲਾਹਾਰੀ ਕੈਪਟਨ ਸਾਹਿਬ ਨੇ ਜਿਹੜਾ ਕਿਹਾ ਸੀ ਵਾਅਦਾ ਕੀਤਾ ਸੀ ਇਹਨਾਂ ਦਾ ਮਿਲਾਵਟ ਆ ਵੀ ਜਿਹੜਾ ਉਹਨਾਂ ਦਾ ਕਿਰਾਇਆ ਮਾਫ ਕਰਦਾ ਜਾਊਗਾ ਕਿ ਲਾਤਾ ਨਹੀਂ ਉਹਨਾਂ ਫਾਇਦਾ ਹੋਇਆ। ਮਹਾਰਾਜ ਫਾਇਦਾ ਤੇ ਕੈਪਟਨ ਸਾਹਿਬ ਨੇ ਤੇ ਵੀ ਵਾਅਦਾ ਕੀਤਾ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ, ਇਹ ਤਾਂ ਸਾਡੀਆਂ ਪ੍ਰਾਈਵੇਟ ਵੀ ਖੋਲ ਜਾਂਦੇ। ਕਨੈਕਟਰ ਡਰਾਈਵਰ ਹਲਪਰ ਮਿਸਤਰੀ ਕਿੰਨੇ ਰੁਜ਼ਗਾਰ ਚੱਲਿਆ ਸੀ ਉਹਦੇ ਵਿੱਚ ਪਾਣੀ ਫੇਰ ਕੇ ਰਾਤਾ ਜੀ ਨੇ ਕੀ ਲੱਗਦਾ ਨਸ਼ਾ ਖਤਮ ਹੋ ਗਿਆ? ਨਹੀਂ ਜੀ ਅਸੀਂ ਨਾ ਹੀ ਤਾਂ ਵੇਖਣ ਦੇ ਸ਼ਰੇ ਆ ਮੁੰਡੇ ਇੱਥੇ ਡਿੱਗੇ ਹੁੰਦੇ ਕੀ ਬਸ ਸਟੈਂਡ 'ਚ ਡਿੱਗੇ ਹੁੰਦੇ ਅਸੀਂ ਤਾਂ ਨਸ਼ਾ ਬੰਦ ਹੋਇਆ ਵੇਖਿਆ ਨਹੀਂ ਜੀ, ਉਹ ਪਤਾ ਨਹੀਂ ਕਿਤਨਾ ਅੱਖਾਂ ਮੀਟ ਕੇ ਆਖੀ ਜਾਂਦੇ ਆ। 20 ਮਿੰਟ ਹੋ ਗਏ ਗੱਡੀ ਲੱਗੀ ਨੂੰ ਤੋ ਸਵਾਰੀਆਂ ਵੇਖ ਲਓ 10 ਸਵਾਰੀਆਂ ਹੋਣੀਆਂ ਜੀ। ਜਿੱਥੇ ਗੱਲਬਾਤ ਕੀਤੀ ਅਸੀਂ ਅੱਜ ਮਹਿਲਾਵਾਂ ਨਾਲ ਜਿੱਥੇ ਉਹਨਾਂ ਦੀ ਖੁਸ਼ੀ ਦੀ ਲਹਿਰ ਕਹਿ ਸਕਦੇ ਹਾਂ ਵੀ ਉਹਨਾਂ ਵਿੱਚ ਕਾਫੀ ਖੁਸ਼ੀ ਹੈ ਵੀ ਜਿਹੜੇ ਕੈਪਟਨ ਸਾਹਿਬ ਨੇ ਜਿਹੜਾ ਕਿਰਾਇਆ ਮਾਫ਼ ਕਰ ਦਿੱਤਾ ਗਿਆ ਵਾ, ਉੱਥੇ ਗੱਲਬਾਤ ਕਰਾਂਗੇ ਅੱਜ ਜਿਹੜੇ ਕਿ ਪ੍ਰਾਈਵੇਟ ਬੱਸਾਂ ਵਾਲੇ ਨੇ ਉਹਨਾਂ ਨੇ ਲੱਗਦਾ ਕਿਤੇ ਕਿਤੇ ਜਿਹੜੀ ਨਾਰਾਜ਼ੀ ਲਾਦੀ ਆ। ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਜਿਹੜੇ ਕੈਪਟਨ ਸਾਹਿਬ ਨੇ ਜਿਹੜਾ ਕਿਰਾਇਆ ਮਾਫ਼ ਕਰ ਦਿੱਤਾ ਬੱਸਾਂ ਵਿੱਚ, ਕੀ ਕਹਿਣਾ ਚਾਹੋਗੇ? ਇਹ ਜਿਹੜਾ ਪ੍ਰਾਈਵੇਟ ਬੱਸਾਂ ਵਾਸਤੇ ਬਹੁਤ ਮਾੜਾ ਕੰਮ ਕੀਤਾ ਕਿਉਂਕਿ ਅੱਗੇ ਬੱਸਾਂ ਜਿਹੜੀਆਂ ਡੀਜ਼ਲ ਦੀ ਮਾਰ ਨਾ ਮਾਰਤੀਆਂ, ਇਹ ਫਾਇਦਾ ਸਿਰਫ ਹੋਇਆ ਭਾਜੀ ਜਿਹੜੇ ਸਰਵਿਸਮੈਨ ਲੇਡੀਜ਼ ਆ ਜਿਹੜੇ ਅੰਮ੍ਰਿਤਸਰੋਂ ਜਲੰਧਰ ਜਾਂ ਪਠਾਨਕੋਟ ਜਾਂਦੇ ਫਿਰੋਜ਼ਪੁਰ ਜਾਂਦੇ ਜਿਹਨਾਂ 150 ਰੁਪਇਆ ਇੱਕ ਬੰਨੇ ਦਾ ਕਿਰਾਇਆ, ਉਹਨਾਂ ਨੂੰ ਫਾਇਦਾ ਹੋਇਆ ਜੀ। ਜਿਹੜੀਆਂ ਆਮ ਘਰੇਲੂ ਔਰਤਾਂ ਉਹਨਾਂ ਦੇ ਵਿਚਾਰੀਆਂ ਮਹੀਨੇ 'ਚ ਇੱਕ ਵਾਰ ਕਿਤੇ ਵਾਂਢੇ ਜਾਣਾ। ਲਾਹੌਰੀ ਕੈਪਟਨ ਸਾਹਿਬ ਨੇ ਜਿਹੜਾ ਕਿਹਾ ਸੀ ਵਾਅਦਾ ਕੀਤਾ ਸੀ ਇਹਨਾਂ ਦਾ ਮਿਲਾਵਟ ਆ ਵੀ ਜਿਹੜਾ ਉਹਨਾਂ ਦਾ ਕਿਰਾਇਆ ਮਾਫ਼ ਕਰਦਾ ਜਾਊਗਾ ਕਿ ਲੱਗਦਾ ਨਹੀਂ ਉਹਨਾਂ ਫਾਇਦਾ ਹੋਇਆ? ਮਹਾਰਾਜ ਫਾਇਦਾ ਤੇ ਕੈਪਟਨ ਸਾਹਿਬ ਨੇ ਤੇ ਵੀ ਵਾਅਦਾ ਕੀਤਾ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ, ਇਹ ਤਾਂ ਸਾਡੀਆਂ ਪ੍ਰਾਈਵੇਟ ਵੀ ਖੋਲ ਚੱਲੇ। ਕੈਪਟਨ ਸਾਹਿਬ ਨੇ ਕਿਹਾ ਵੀ ਜਿਹੜੇ ਆ ਰੋਜ਼ਗਾਰ ਮੇਲੇ ਲਾਏ ਗਏ ਨੇ, ਕਾਫੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ, ਹੁਣ ਵੀ ਪੰਜਾਬ ਪੁਲਿਸ ਕਹਿੰਦੇ ਭਰਤੀ ਜਿਹੜੀ ਖੁੱਲ੍ਹੀ ਆ। ਮਹਾਰਾਜ ਗਰੀਬ ਆਦਮੀ ਦਾ ਬੱਚਾ ਤਾਂ ਪੜ੍ਹਦਾ ਨਹੀਂ, ਨਾ ਉਹਦੇ ਕੋਲ ਇੰਨੀ ਪਹੁੰਚ ਹੀ ਆ ਰੋਜ਼ੀ ਰੋਟੀ ਕਮਾ ਕੇ ਖਾ ਕੇ, ਤੇ ਨਾਗਲੀ ਦਾ ਬੱਚੇ ਆਪਣੇ ਘਰ ਪ੍ਰਾਇਮਰੀ ਸਕੂਲੇ ਪੜ੍ਹਾਉਂਦਾ, ਸਾਡੇ ਬੱਚਿਆਂ ਨੂੰ ਕਿੱਥੋਂ ਨੌਕਰੀ ਮਿਲਣੀ? ਕੀ ਕਹਿਣਾ ਚਾਹੋਗੇ ਕੈਪਟਨ ਸਾਹਿਬ ਨੇ? ਅਸੀਂ ਤਾਂ ਕਹਿਣ ਨੇ ਬਹੁਤ ਮਾੜਾ ਕੀਤਾ ਜੀ, ਕਿਉਂਕਿ ਹਰ ਦਾਇਰੇ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਘਟਿਆ ਕੀਤਾ ਹੈ, ਘਟਿਆ ਇੱਦਾਂ ਹੋਇਆ ਜੀ ਜਿਹੜੀ ਪ੍ਰਾਈਵੇਟ ਕੋਈ ਰੋਜ਼ੀ ਰੋਟੀ ਕਮਾਉਂਦਾ ਸੀ ਨਾ, ਕਨੈਕਟਰ ਡਰਾਈਵਰ ਹਲਪਰ ਮਿਸਤਰੀ ਕਿੰਨੇ ਰੁਜ਼ਗਾਰ ਚੱਲਿਆ ਸੀ ਉਹਦੇ ਵਿੱਚ ਪਾਣੀ ਫੇਰ ਕੇ ਰਾਤਾ ਜੀ ਨੇ। ਕੀ ਕਹਿਣਾ ਚਾਹੋਗੇ ਜਦੋਂ ਕਿ ਨਹੀਂ ਸੀ ਕਿਰਾਇਆ ਮਾਫ਼ ਕੀਤਾ ਗਿਆ ਉਦੋਂ ਲੋਕ ਜਿਹੜੀਆਂ ਖਾਸ ਕਰ ਜਿਹੜੀਆਂ ਔਰਤਾਂ ਸੀ ਕਿੰਨਾ ਕੁ ਸਫ਼ਰ ਕਰਦੀਆਂ ਸੀ ਪ੍ਰਾਈਵੇਟ ਬੱਸਾਂ ਵਿੱਚ? ਇਹ ਜੀ ਜਿਹੜੀ ਪੇਂਡੂ ਜਿਹੜੀ ਪਿੰਡਾਂ ਦੀ ਆ ਔਰਤ ਆ ਉਹ ਕਹਿੰਦੇ ਮਹੀਨੇ 'ਚ ਜਾਂ ਸਾਲ 6 ਮਹੀਨੇ ਕਰਦੀ ਸੀ ਅਤੇ ਰੋਜ਼ਾਨਾ ਦੇ ਨੌਕਰੀ ਪੇਸ਼ੇ ਵਾਲੇ ਕਰਦੇ, ਉਹਨੂੰ ਫਾਇਦਾ ਹੈ ਜੀ ਦੀ 60,000 ਤਨਖਾਹ ਵਾ, ਗਰੀਬ ਨੂੰ ਕੋਈ ਫਾਇਦਾ ਨਹੀਂ ਆ। ਕਹਿ ਸਕਦੇ ਤੁਹਾਡੇ ਘਰ ਵੀ ਭੈਣ ਹੋਊਗੀ ਜਾਂ ਮਾਤਾ ਜੀ ਹੋਣਗੀ, ਉਹਨਾਂ ਵਾਸਤੇ ਵੀ ਸਫ਼ਰ ਫਾਇਦਾ ਹੀ ਹੈ, ਉਹਨਾਂ ਵਿੱਚ ਜਦੋਂ ਬਾਜ਼ਾਰ ਜਾਣਾ ਹੋਵੇ ਤਾਂ ਕਿਤੇ ਵਾਂਢੇ ਜਾਣਾ ਹੁੰਦਾ ਤੇ? ਨਹੀਂ ਜੀ ਕੋਈ ਫਾਇਦਾ ਨਹੀਂ ਹੋਇਆ ਜੀ, ਇਹ ਕਿਰਾਇਆ ਮਾਫ਼ ਨਹੀਂ ਹੋਣਾ ਚਾਹੀਦਾ, ਇਹਦੇ ਵਿੱਚ ਸਾਡੇ ਬਿੱਲ ਮਾਫ਼ ਕਰਦਾ, ਘਰੇਲੂ ਵਸਤਾਂ ਦੇ ਲਕੀਰ ਫੇਰਦਾ ਜਿਹੜੀਆਂ ਆਪਣੇ ਆਪਾਂ ਰੋਜ਼ਾਨਾ ਲੈਂਦੇ ਉਹਨਾਂ 'ਚ ਸਸਤੀਆਂ ਕਰਦਾ, ਡੀਜ਼ਲ ਸਸਤਾ ਕਰਦਾ, ਬਿੱਲ ਮਾਫ਼ ਕਰਕੇ ਨੌਕਰੀਆਂ ਦਿੰਦਾ ਬੱਚਿਆਂ ਨੂੰ ਧੀਆਂ ਭੈਣਾਂ ਨੂੰ, ਇਹਦੇ ਵਿੱਚ ਫਾਇਦਾ ਸੀ। ਬਿੱਲ ਮਾਫ਼ ਦੀ ਗੱਲ ਕਰ ਰਹੇ ਹੋ, ਕੈਪਟਨ ਸਾਹਿਬ ਨੇ ਵੀ ਕਿਹਾ ਜਿਹੜੇ 400 ਯੂਨਿਟ ਮਾਫ਼ ਕੀਤੇ ਗਏ, ਤੁਹਾਡਾ ਕੋਈ ਯੂਨਿਟ ਮਾਫ਼ ਨਹੀਂ? ਨਹੀਂ ਜੀ ਕੋਈ ਯੂਨਿਟ ਮਾਫ਼ ਨਹੀਂ ਸਾਨੂੰ, ਉਹ ਤੋਂ 400 ਤੋਂ 12 ਹੋ ਭਾਵੇਂ ਆ ਜੇ ਮਹੀਨੇ ਦਾ 2024 ਸਵਾਉਂਦਾ ਜੀ, ਇੰਨੀ ਮਹਿੰਗੀ ਬਿਆਜੀ ਕੀਤੀ ਪਈ ਆ। ਕੈਪਟਨ ਸਾਹਿਬ ਨੇ ਹੋਰ ਬਹੁਤ ਸਹੂਲਤਾਂ ਦੇ ਦਿੱਤੀਆਂ ਇਹਨਾਂ, ਜਿੱਦਾਂ ਵੀ ਸਗਨ ਸਕੀਮ ਵਧਾ ਦਿੱਤੀ ਗਈ ਆ, ਜਿਹੜੀ ਪੈਨਸ਼ਨ ਸੀ ਬੁਢਾਪਾ ਦੀ ਉਹ ਵਧਾ ਦਿੱਤੀ ਗਈ ਆ ਜੀ। 5 ਸਾਲ ਤਾਂ ਸਗਨ ਸਕੀਮ ਕਿਸੇ ਨੂੰ ਮਿਲੀ ਨਹੀਂ ਗੀ ਅਤੇ 3 ਮਹੀਨਿਆਂ ਬਾਅਦ ਕਿਹਨੂੰ ਮਿਲਣ ਨੂੰ, ਕਿਸੇ ਨੂੰ ਨਹੀਂ ਮਿਲਣੀ, ਨਾ ਕਿਸੇ ਨੂੰ ਪੈਨਸ਼ਨ ਮਿਲਣੀ 1500, ਨਾ ਕਿਸੇ ਨੂੰ ਸਗਨ ਸਕੀਮ ਮਿਲਣੀ। ਕੈਪਟਨ ਸਾਹਿਬ ਕਹਿ ਰਹੇ, ਕੈਪਟਨ ਸਾਹਿਬ ਕਹਿ ਰਹੇ ਵੀ ਵਾਅਦੇ ਜਿਹੜੇ 4 ਸਾਲਾਂ 'ਚ ਕੀਤੇ ਸੀ ਉਹਨਾਂ ਲੋਕਾਂ ਦਾ ਵਾਅਦੇ ਜਿਹੜੇ ਪੂਰੇ ਕਰ ਦਿੱਤੇ ਗਏ ਨੇ? ਇਹ ਜੀ ਉੱਥੇ ਕੁਰਸੀਆਂ ਦੇ ਕਾਗਜ਼ਾਂ ਦੇ ਵਿੱਚ ਭਾਵੇਂ ਕੀਤੇ ਹੋਣ, ਸ਼ਰੇਆਮ ਕਿਸੇ ਨੂੰ ਨਾ ਸਹੂਲਤ ਮਿਲੀ 51,000 ਦੀ, ਨਾ 1500 ਰੁਪਏ ਪੈਨਸ਼ਨ ਦੀ, ਕਿਸੇ ਨੂੰ ਸਹੂਲਤ ਨਹੀਂ 5 ਸਾਲਾਂ 'ਚ ਮਿਲੀ ਇਹਦੀ। ਪਰ ਜਦੋਂ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਸੈਕਸ਼ਨ 'ਚ ਵੀ ਜਦੋਂ ਬਜਟ ਪਾਸ ਹੋਊਗਾ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਆ ਮਹਿਲਾਵਾਂ ਜਿਹੜਾ ਕਿਰਾਇਆ ਮਾਫ਼ ਕਰਤਾ, ਅੱਜ ਪਹਿਲੀ ਅਪ੍ਰੈਲ ਨੂੰ ਜਿਹੜਾ ਇਹਨਾਂ ਨੇ ਵਾਅਦਾ ਜਿਹੜਾ ਪੂਰਾ ਨਿਭਾਤਾ ਵਾ, ਤੁਸੀਂ ਕਿੱਦਾਂ ਕਹਿ ਰਹੇ ਹੋ ਵੀ ਉਹਨਾਂ ਵਾਅਦੇ ਨਹੀਂ ਪੂਰੇ ਕੀਤੇ? ਜੀ ਵਾਅਦਾ ਕਰ ਦਿੱਤਾ ਵਾ, ਰੋਡਵੇਜ਼ ਦੇ ਜਿਹੜੇ ਕਰਮਚਾਰੀ ਕੱਚੇ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਇਹੋ ਜਿਹਾ ਵਕਤ ਪਾਤਾ ਵਾ ਵੀ ਨਾ ਉਹ ਟਿਕਟ ਕੱਟਣ ਜੋਗੇ ਰਹਿ ਗਏ ਆ, ਨਾ ਉਹ ਕਿਸੇ ਨੂੰ ਛੱਡਣ ਜੋਗੇ ਰਹਿ ਗਏ ਆ। ਜੇ ਉਹ ਟਿਕਟ ਕੱਟਦੇ ਆ ਤਾਂ ਵੀ ਉਹ ਮਰਦੇ ਆ, ਜੇ ਟਿਕਟ ਉਹ ਨਹੀਂ ਛੱਡਦੇ ਕੱਟਦੇ ਆ ਛੱਡਦੇ ਉਹ ਦੋ ਬੰਨੀ ਫਸ ਗਏ ਆ ਜੀ। ਉਹ ਰੁਜ਼ਗਾਰ ਉਹਨਾਂ ਦਾ ਇਹੋ ਜਿਹਾ ਚੱਲਿਆ, 10,000 ਰੁਪਈਏ ਨਾਲ ਕੀ ਕਰ ਸਕਦੇ? ਰੋਡਵੇਜ਼ ਤਾਂ ਪਹਿਲਾਂ ਕਹਿੰਦੇ ਘਾਟੇ 'ਚ ਆ, ਜਿਹੜੀ ਗੱਡੀ ਮਾੜੀ ਮੋਟ ਉਹ ਆਦੀ ਬੈਨੀਫਿਟ ਕਰਦੇ ਸੀ, ਕੋਈ ਰਿਪੇਅਰ ਕਰਾਉਂਦੇ ਸੀ, ਕੋਈ ਕੁਛ ਕਰਦੇ ਸੀ, ਉਹ ਮਾੜੀ ਚੰਗੀ ਰੋਡਵੇਜ਼ ਚਲਾਈ ਜਾਂਦੇ ਸੀ ਵਰਕਰ, ਹੁਣ ਉਦੋਂ ਵੀ ਸੱਤਿਆਨਾਸ਼ ਹੋ ਜਾਣਾ, ਕਿੱਥੋਂ ਬੈਠ ਖਾਤੇ 'ਚੋਂ ਕੱਢ ਦੇਣਗੇ ਰੋਜ਼ਾਨਾ? ਕੀ ਕਹਿਣਾ ਚਾਹੋਗੇ ਕੈਪਟਨ ਸਾਹਿਬ? ਅਸੀਂ ਤਾਂ ਕੈਪਟਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਧੀਆਂ ਭੈਣਾਂ ਜਿਹੜੀਆਂ ਸਾਡੀਆਂ ਬੇਰਗਜ਼ਾਰ ਮੁੰਡੇ ਤੁਰੇ ਫਿਰਦੇ ਉਹਨਾਂ ਨੂੰ ਨੌਕਰੀਆਂ ਦਿਓ। ਜੇ ਵਾਧੀ ਗੱਲ ਆ 60 ਸਾਲ ਤੱਕ ਜਿਨ੍ਹਾਂ ਦੀ ਨੌਕਰੀ ਉਹ ਕੱਟ ਕੇ 10 ਸਾਲ ਤੱਕ ਕਰ ਦੇਣ, 18 ਸਾਲ ਦੇ ਬੱਚੇ ਨੂੰ ਨੌਕਰੀ ਮਿਲੇ, 28 ਸਾਲ ਤੱਕ ਕਰੇ, ਉਹਦੀ 10-15 ਹਜ਼ਾਰ ਰੁਪਈਆ ਤਨਖਾਹ ਹੋਵੇ, ਉਹ 10-15 ਹਜ਼ਾਰ ਦੇ ਰੁਜ਼ਗਾਰ ਚਲਾ ਕੇ ਉਹਦੀ 5-7 ਲੱਖ ਰੁਪਈਆ ਉਹਦੇ ਜਿਹੜਾ ਬਜਟ ਖਾਤਾ ਹੋ ਜਾਵੇ। ਕੈਪਟਨ ਸਾਹਿਬ ਨੇ ਵੀ ਵਾਅਦਾ ਕੀਤਾ ਸੀ ਵੀ ਜਿਹੜਾ ਵਾ ਨਸ਼ਾ ਜਿਹੜਾ 4 ਹਫ਼ਤੇ ਖਤਮ ਕੀਤਾ ਜਾਊਗਾ, ਕੀ ਲੱਗਦਾ
बहुत धन्यवाद जी। ये असी गलबात की जेडे कि बस स्टैंड जेडे कि खास कर प्राइवेट बसों वाले ने उन्होंने कितने कितने नाराजगी जी जी सामने आ रही है। उन्होंने कहा भी बसों का जरा किराया नहीं से माफ़ करना चाहिए क्योंकि उन्होंने जरा कहा भी साड़ी जी ढेड़ जी लत मारी गई है क्योंकि एक जी प्राइवेट बस नाल काफ़ी जो लोग काम करते हैं कंडक्टर ड्राइवर कह लो होर जे मकैनिक कह लो मतलब भी काफ़ी जो लोगों की जी रोज़गार चलिया हों उन्होंने कहा जेकर सारे लोग ही रोड में बसा बहन गए तो असं जी खाली बसा लैके कितने जावे होर भी बजुर्ग नाल ने उन्होंने पुछते हैं कि कहना चाहोगे जो कैप्टन साहब ने जोड़ा वा कहते भी वादा पूरा कर दिया वा जो बसा का किराया माफ़ करता गया वादे तो कोई पूरे नहीं हो बाकी है ट्रांसपोर्ट जी प्राइवेट आ इन्हां दे टैक्स माफ होने चाहिए क्यों सवारी जी बिल्कुल घट चुकी है ये डीजल जरा घट होना चाहिए और डीजल जरा 82 रुपए आ जरा कि 60 रुपये तो पहला ही हूँ डीजल 82 रुपए किराया वधना किराया जरा वधना चाहिए जो डीजल वध्या किराया वधना चाहिए जो बीबिया वा उन्होंने बड़ी खुशी लै रहा कहें भी सूँ बहुत वधिया हो गया वा कैप्टन साहब ने जो किराया माफ करता वा जेड़ा तो हूँ मुलाजम बीबी आ 60,000-70,000 लैन डी आने आपे कहना मेरा बड़ा वधिया काम हो गया क्योंकि अगर प्राइवेट जांदियां तां भी अद्धी टिकट लैंदियां ही अहीं जी मुलाजम है साड़ी है टिकट अद्धी करो जी हाफ सानू रायत करो नौजवान जिहड़ी पीढ़ी आ तुसीं आप पत्रकार जो तुसीं वेंदे हो किन्ने वेले तुरे फिरदे किसे नूं नौकरी मिली आ इत्थे जिन्ने बैंकां च डाकखानियां च आए आ सारे बाहर दे बंदे आ सारे बिहार का कोई राजस्थान का कोई कितों का पंजाब के मुंडे किसी नौकरी नहीं मिल रही की गल उन्होंने नौकरियां नहीं मिल सकदियां कैप्टन साहब ते भी कह रहे हैं कि रोजगार मिले लाए गए घर घर नौकरी दी गई है हुण कहिंदे पंजाब पुलिस की भर्ती खोली गई है पंजाब पुलिस की भर्ती जी इन्हें फिर बाहर के बंदे भर्ती करने जी अगे भी इन्हें बाहर के रखे अपने तो रखने सारे 10 बंदे इतों देहाती पुलिस जी देहाती का इलाका उस 8 मुंडे रखने जिमें उत्तरी पै जाना उस 8 रखने 20-25 मुंडे रखने बाकी कितने जाएंगे कैप्टन साहब कहते भी जे 4 साल जो 85% जो वादे किए लोगों पूरे करते हैं 85% वादा कोई पूरा नहीं होया किसी नौकरी नहीं मिली सारे मुंडे रोन डे नशे तो इन्होंने लाए लीडर ने नशा आम विकन डाया कितने नहीं विकता सब पता है इन्हों अफसर पता है नींद ना पूरी कर दे की लगे कोई मरे सुथरा घोल पताशे पीवे जी वादे किए जिम्मे बत्ती का जो बिल माफ किया जाऊगा जो 2% जो कणक दी जाएगी 2 रुपए वाली सारे सहूलत भी कार्ड कटे गए मेरे को 2 गल्ले बैली आ मेरा कार्ड कटिया गया मेनू कण कितों मिलेगी है तो ये देखो किला अद्धा किला कण उन्होंने वर्गों के भी कट्टे गए पर कहना चाहोगे तो जरा प्राइवेट बसों वालों फ्री जी सरकारी बसों के ना चलना तो घाटा पेगा ये जरा प्राइवेट ट्रांसपोर्ट अदारा इनू खत्म करना चाहती है सरकार एक किस तरह खत्म हो जाए जिमें मिनी ट्रांसपोर्ट है उन्होंने परमिट कैंसल किए गए वो किड़े खूज जाएंगे वो बेरोजगार हो जाने ड्राइवर कंडक्टर जोड़ा 300 रुपया जो अपने बच्चों लिए खड़ता है वह किधर जाएगा इन्हें कोई सोचा नहीं गा इन्हों 60-50 साल ती इन फ्री सफर करना चाहिए है मैं कैप्टन साहब न हाले बेनती करना यह कानून रद्द करना चाहिए क्यों ट्रांसपोर्ट ना सारिया चलनिया चाहिए आडे सामने खाली गड्डिया खड़िया है सवारी पिछे हो गए बह जाती है मैं गवर्नमेंट की गड्डी से जाना है जो नहीं सी जी किराया माफ़ किया गया उदो सवारी कि चढ़ती सी प्राइवेट बसा सवारी जदों का लॉकडाउन लगा उदों का बहुत घाटे च जा रहे सारे ही सरकारी गड्डिया भी जान दियाँ प्राइवेट ट्रांसपोर्टर भी जा रही है बराबर का धक्का वजन दिया जदों का लॉकडाउन लगा की कहना चाहोगे कैप्टन सरकार मैं तो यो कहना चाहता सहूलत देनी चाहिए आ प्राइवेटा उन्नी तो गौरमेंट न बसा पाओ किराया जोड़ा फ्री नहीं करना चाहिए गौरमेंट से भी क्यों खजाना ये क्यों चलिया खजाना भरना चाहिए जेडे कनैक्टर आ डेली वेज आ कोई पक्का नहीं गा उन्होंने ला रहे कि ला के इन्होंने अपनी सरकार बनाई है उदो कि फर्क पेगा जरा वा प्राइवेट जो सरकारी बसा वा फ्री जी चलन जो सवारी बिठाएंगे बीबिया कि रोडवे कि घाटा पेगा रोडवे काफ़ी घाटा पेगा जी 40 चो 4 बंदे टिकटों वाले होंगे आ 60,000 फ्री होंगे अज मैं कभी वेखी सारी और सारा उन्होंने किराया लिखते बेचारे वो टिकट किसी कट्टे तो किराया लिखन गए ना लिखन गए तो उन्होंने पिंड लिखन गए
ਵੀ ਜਿਹੜਾ ਵਾ ਇੱਕ ਪ੍ਰਾਈਵੇਟ ਬੱਸ ਦੇ ਨਾਲ ਜਿਹੜਾ ਚਲਦੀ ਆ ਉਸ ਦੇ ਨਾਲ ਕਿੰਨੇ ਕਿ ਜਿਹੜੇ ਲੋਕ ਜਣੇ ਕਿੰਨੇ ਕਿ ਪਰਿਵਾਰ ਜੇ ਰੋਟੀ ਖਾ ਰਹੇ ਨੇ ਉਹ ਤੋਂ ਚਾਰ ਬੰਦੇ ਪੰਜੋ ਰੋਟੀ ਖਾ ਰਹੇ ਇਸ ਟਾਈਮ ਅਸੀਂ ਇੱਥੇ ਜਾਂ 20 ਰੁਪਏ ਜਾਂ 30 ਰੁਪਏ ਗੱਡੀ ਤੋਂ ਲਈਦੇ ਅਸੀਂ ਫੇਰ ਆਪਣਾ ਗੁਜ਼ਾਰਾ ਕਰਦੇ ਆ ਹੁਣ ਕਿਹੜੀ ਜਿਹੜੀ ਬੱਸ ਲਾਈ ਆ ਕਿੰਨੀ ਕਿ ਜਿਹੜੀ ਸਵਾਰੀ ਇੱਥੇ ਬੈਠੀ ਆ 20 ਮਿੰਟ ਹੋ ਗਏ ਗੱਡੀ ਲੱਗੀ ਨੂੰ ਤੋ ਸਵਾਰੀਆਂ ਵੇਖ ਲਓ 10 ਸਵਾਰੀਆਂ ਹੋਣੀਆਂ ਜੀ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਜਿਹੜੀ ਕਿ ਪ੍ਰਾਈਵੇਟ ਬੱਸਾਂ ਵਾਲੇ ਨੇ ਜਿੱਥੇ ਕਿ ਪੰਜਾਬ ਸਰਕਾਰ ਨੇ ਜਿਹੜਾ ਬੀਬੀਆਂ ਵਾਸਤੇ ਜਿਹੜੀ ਫਾਇਦਾ ਲੈ ਕੇ ਆਈ ਹੈ ਜਿੱਥੇ ਕਿ ਬੱਸਾਂ ਜਿਹੜੀਆਂ ਕਿਰਾਇਆ ਜਿਹੜਾ ਮਾਫ਼ ਕਰ ਦਿੱਤਾ ਗਿਆ ਵਾ ਉੱਥੇ ਹੀ ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲੇ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਜਿਹੜਾ ਪਰਿਵਾਰ ਪੱਲਣਾ ਵਾ ਉਹਨਾਂ ਜਿਹੜਾ ਬਹੁਤ ਘਾਟਾ ਪਵੇਗਾ ਜਿਸ ਤਰ੍ਹਾਂ ਜਿਹੜਾ ਸਰਕਾਰ ਨੇ ਜਿਹੜਾ ਫਾਇਦਾ ਲਿਆ ਵਾ ਉਹਨਾਂ ਕਿਹਾ ਵੀ ਜਿਹੜੀ ਜੇਕਰ ਸਰਕਾਰ ਨੇ ਜਿਹੜਾ ਕਿਰਾਇਆ ਮਾਫ਼ ਕਰਨਾ ਸੀ ਤਾਂ 60 ਸਾਲ ਦੀ ਜਿਹੜੀ ਬੀਬੀਆਂ ਕਰਦੇ ਜਾਂ ਕਰਦੇ ਅਪਾਹਜ ਦਾ ਨਾ ਕਿ ਸਾਰੀਆਂ ਬੀਬੀਆਂ ਦਾ ਉਹਨਾਂ ਕਿਹਾ ਵੀ ਸਰਕਾਰ ਇਸ ਫੈਸਲੇ ਵੱਲ ਧਿਆਨ ਦੇਵੇ ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।